ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਮੇਰਾ ਨਾਮ ਗੁਰਲੀਨ ਕੌਰ ਹੈ ਅਤੇ ਮੈਂ DAV ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਦੇ ਵਿੱਚ BEd ਪਹਿਲੇ ਸਮੈਸਟਰ ਦੀ ਵਿਦਿਆਰਥਣ ਹਾਂ। ਸਭ ਤੋਂ ਪਹਿਲਾਂ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਬੋਲਣ ਦਾ ਮੌਕਾ ਮਿਲ ਰਿਹਾ ਹੈ। ਗੁਰੂ ਤੇਗ ਬਹਾਦਰ ਸਿਮਰੀਏ ਕਰ ਨੌਨਿਤ ਆਵੇ ਤਾਏ। ਅੰਮ੍ਰਿਤਸਰ ਵਿੱਚ ਜਿਨ੍ਹਾਂ ਦਾ ਜਨਮ ਹੋਇਆ, ਆਓ ਉਹਨਾਂ ਦੀ ਗੱਲ ਕਰੀਏ। ਦੇਖ ਮੋਹ ਉਹਨਾਂ ਦਾ ਕੌਮ ਦੇ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਸੀਸ ਧਰੀਏ। ਦੇਖ ਮੋਹ ਉਹਨਾਂ ਦਾ ਕੌਮ ਦੇ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਸੀਸ ਧਰੀਏ। ਪਿਤਾ ਹਰਗੋਬਿੰਦ ਜੀ ਦਾ ਲਾਡਲਾ ਅਤੇ ਮਾਂ ਨਾਨਕੀ ਦਾ ਜਾਇਆ ਹੈ, ਜਿਨ੍ਹਾਂ ਦੀ ਬਹਾਦਰੀ ਕਾਰਨ ਜ਼ੁਲਮਾਂ ਨੂੰ ਸਬਕ ਸਿਖਾਇਆ ਹੈ, ਜਿਨ੍ਹਾਂ ਦੀ ਬਹਾਦਰੀ ਨੇ ਜ਼ੁਲਮਾਂ ਨੂੰ ਸਬਕ ਸਿਖਾਇਆ ਹੈ। ਸਿੱਖ ਧਰਮ ਦੀ ਸ਼ਾਨ ਗੁਰੂ ਤੇਗ ਬਹਾਦਰ ਉਹਨਾਂ ਦਾ ਨਾਮ ਹੈ। ਸਿੱਖ ਧਰਮ ਦੀ ਸ਼ਾਨ ਗੁਰੂ ਤੇਗ ਬਹਾਦਰ ਉਹਨਾਂ ਦਾ ਨਾਮ ਹੈ, ਜਿਨ੍ਹਾਂ ਦੀ ਬਹਾਦਰੀ ਕਾਰਨ ਕੁੱਲ ਸੰਸਾਰ ਵੱਲੋਂ ਉਹਨਾਂ ਨੂੰ ਸਲਾਮ ਹੈ। 1 ਅਪ੍ਰੈਲ 1621 ਵਿੱਚ ਅਵਤਾਰ ਧਾਰਿਆ ਉਹ ਚਿਹਰਾ ਜੋ ਜ਼ੁਲਮਾਂ ਅੱਗੇ ਕਦੇ ਨਾ ਹਾਰਿਆ। ਸੁੰਦਰ ਜਵਾਨ ਵਿਦਵਾਨ ਸ਼ਸਤਰਧਾਰੀ ਸੂਰਬੀਰ ਨੇ ਉਹ, ਹਿੰਦ ਦੀ ਚਾਦਰ ਦੀ ਮੂੰਹ ਬੋਲ ਦੀ ਤਸਵੀਰ ਨੇ ਉਹ। ਇੱਕ ਵਾਰ ਦੀ ਗੱਲ ਹੈ, ਭਾਈ ਮੱਖਣ ਸ਼ਾਲ ਬਾਣੇ ਦਾ ਬੇੜਾ ਤੇਜ਼ ਤੂਫਾਨੀ ਲਹਿਰਾਂ ਦੇ ਵਿੱਚ ਡੁੱਬਦਾ ਜਾ ਰਿਹਾ ਸੀ, ਜਿਸ ਕਾਰਨ ਉਹ ਬਹੁਤ ਘਬਰਾ ਗਿਆ। ਤਾਂ ਫਿਰ ਉਸਨੇ ਆਪਣੇ ਮਨ ਦੇ ਵਿੱਚ ਜਪੁਜੀ ਸਾਹਿਬ ਦਾ ਪਾਠ ਕਰਕੇ ਇਹ ਅਰਦਾਸ ਕੀਤੀ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 9ਵੀਂ ਜੋਤ ਜੋ ਇਸ ਸਮੇਂ ਗੱਦੀ 'ਤੇ ਬਿਰਾਜਮਾਨ ਹਨ, ਉਹ ਮੇਰੀ ਸਹਾਇਤਾ ਕਰਨ। ਉਸਦੇ ਅਰਦਾਸ ਕਰਨ ਦੀ ਦੇਰ ਹੀ ਸੀ, ਉਸਦੇ ਮਨ ਵਿੱਚ ਇੰਨਾ ਨਿਸ਼ਚਾ ਸੀ ਕਿ ਗੁਰੂ ਸਾਹਿਬਾਨ ਉਸਦੀ ਸਹਾਇਤਾ ਜ਼ਰੂਰ ਕਰਨਗੇ, ਤਾਂ ਉਸਦਾ ਡੁੱਬਦਾ ਬੇੜਾ ਬੰਨੇ ਲੱਗ ਗਿਆ। ਇਸ ਤੋਂ ਬਾਅਦ ਉਹ ਸ਼ੁਕਰਾਨੇ ਵਜੋਂ ਬਾਬੇ ਬਕਾਲੇ ਵਿਖੇ ਗਿਆ, ਤਾਂ ਉਹ ਸ਼ੁਕਰਾਨੇ ਵਿੱਚ ਜਦੋਂ ਹੀ ਬਾਬੇ ਬਕਾਲੇ ਗਿਆ ਤਾਂ ਇਹ ਗੱਲ ਗੁਪਤ ਰਹਿ ਜਾਂਦੀ ਜੇਕਰ ਉਹ ਸ਼ੁਕਰਾਨੇ ਵਜੋਂ ਬਾਬੇ ਬਕਾਲੇ ਨਾ ਜਾਂਦਾ। ਤਾਂ ਉਸਨੇ ਉੱਥੇ ਦੇਖਿਆ ਕਿ ਉੱਥੇ 22 ਮੰਜੀਆਂ ਲੱਗੀਆਂ ਹੋਈਆਂ ਸਨ, ਜਿਸ 'ਤੇ 22 ਸੋਢੀ ਬਿਰਾਜਮਾਨ ਸਨ। ਤਾਂ ਉਸਨੇ ਦੇਖਿਆ ਕਿ ਇੱਥੇ ਤਾਂ 22 ਮੰਜੀਆਂ ਲੱਗੀਆਂ ਹੋਈਆਂ ਹਨ, ਪਰ ਸਿੱਖਾਂ ਦੀ 8ਵੀਂ ਜੋਤ 8ਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਤਾਂ ਇਹ ਕਿਹਾ ਸੀ ਕਿ ਅਗਲੀ ਜੋਤ ਅਗਲੇ ਗੁਰੂ ਸਾਹਿਬਾਨ ਬਾਬੇ ਬਕਾਲੇ ਨਿਵਾਸ ਕਰਨਗੇ। ਤਾਂ ਉਸਦੇ ਮਨ ਵਿੱਚ ਸ਼ੰਕਾ ਹੋਇਆ ਕਿ ਇਸ ਦੇ ਵਿੱਚੋਂ ਇਹਨਾਂ ਗੁਰੂਆਂ ਦੇ ਵਿੱਚੋਂ ਕਿਸਨੇ ਮੇਰੀ ਸਹਾਇਤਾ ਕੀਤੀ ਹੈ। ਤਾਂ ਫਿਰ ਉਸਨੇ ਇੱਕ ਅਰਦਾਸ ਇੱਥੇ ਹੋਰ ਕੀਤੀ ਕਿ ਬਾਬਾ ਜੀ, ਹੇ ਪਰਮਾਤਮਾ, ਮੇਰੀ ਸਹਾਇਤਾ ਕਰੋ ਅਤੇ ਮੈਨੂੰ ਮੇਰੇ ਗੁਰੂ ਨਾਲ ਮਿਲਾ ਦਿਓ, ਜਿਸ ਗੁਰੂ ਨੇ ਮੇਰੀ ਸਹਾਇਤਾ ਕੀਤੀ ਹੈ। ਕਿਉਂਕਿ ਸਾਰੇ ਗੁਰੂ ਉਸਦੇ ਮਸੰਦ ਹਨ, ਜੋ ਉਹ ਉਸਨੂੰ ਇਹ ਆ ਕੇ ਕਹੀ ਜਾਂਦੇ ਸਨ ਕਿ ਸਾਡਾ ਗੁਰੂ ਪੂਰਾ ਹੈ, ਸਾਡਾ ਗੁਰੂ ਪੂਰਾ ਹੈ। ਤਾਂ ਉਸਨੇ ਸੋਚਿਆ ਕਿ ਚਲੋ ਮੈਂ ਸਾਰਿਆਂ ਦੇ ਮੋਹਰੇ ਦੋ ਦੋ ਮੋਹਰਾਂ ਚੜ੍ਹਾ ਦਿੰਦਾ ਹਾਂ। ਤਾਂ ਇਹ ਸੋਚ ਕੇ ਉਸਨੇ ਸਾਰੇ ਗੁਰੂ ਸਾਹਿਬਾਨਾਂ ਅੱਗੇ ਜੋ ਮੰਜੀਆਂ 'ਤੇ ਬਿਰਾਜਮਾਨ ਸਨ, ਸਾਰਿਆਂ ਨੂੰ ਦੋ ਦੋ ਮੋਹਰਾਂ ਭੇਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਤੇ ਉਸ ਤੋਂ ਬਾਅਦ ਉਸਨੇ ਧੀਰਮਾਲ ਦੇ ਅੱਗੇ 5 ਮੋਹਰਾਂ ਭੇਟਾਂ ਕੀਤੀਆਂ, ਕਿਉਂਕਿ ਧੀਰਮਾਲ ਦੇ ਅੱਗੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ। ਤਾਂ ਇਸ ਤੋਂ ਬਾਅਦ ਉਸਨੇ ਦੇਖਿਆ ਕਿ ਸਾਰਿਆਂ ਨੇ ਉਸਨੂੰ ਅਸੀਸਾਂ ਦਿੱਤੀਆਂ, ਸਰੋਪੇ ਦਿੱਤੇ, ਪਰ ਕਿਸੇ ਵਿੱਚੋਂ ਉਸਨੇ ਉਹਨੂੰ ਇਹ ਨਹੀਂ ਕਿਹਾ ਕਿ ਤੇਰਾ ਬੇੜਾ ਅਸੀਂ ਬੰਨੇ ਲਾਇਆ ਹੈ। ਤਾਂ ਉਹ ਬਹੁਤ ਨਿਰਾਸ਼ ਹੋਇਆ। ਤਾਂ ਫਿਰ ਉਸਨੇ ਜਾਂਦੇ ਸਮੇਂ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਗੁਰੂ ਬਿਰਾਜਮਾਨ ਹਨ? ਤਾਂ ਕਿਸੇ ਨੇ ਕਿਹਾ, ਹਾਂ, ਇੱਥੇ ਇੱਕ ਹੋਰ ਵੀ ਗੁਰੂ ਬਿਰਾਜਮਾਨ ਹਨ, ਉਹ ਭੋਰਾ ਸਾਹਿਬ ਵਿੱਚ ਬੈਠਦੇ ਹਨ, ਜੋ ਕਿ ਭੋਰੇ ਵਿੱਚ ਬੈਠਦੇ ਹਨ, ਜੋ ਕਿ ਕਦੇ ਕਦਾਹੀ ਰਾਤ ਸਮੇਂ ਬਾਹਰ ਨਿਕਲਦੇ ਹਨ। ਤਾਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਗੜਦੀ ਜੀ ਨੂੰ ਕਿਹਾ ਕਿ ਕੌਣ ਹੈ? ਤਾਂ ਭਾਈ ਗੜਦੀ ਜੀ ਨੇ ਦੱਸਿਆ ਕਿ ਇੱਕ ਵਪਾਰੀ ਹੈ, ਗੁਰੂ ਘਰ ਦਾ ਪ੍ਰੇਮੀ, ਤੁਹਾਨੂੰ ਮਿਲਣ ਵਾਸਤੇ ਆਇਆ ਹੈ। ਤਾਂ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਉਸਨੂੰ ਕਵੇ ਉਹ ਉਸੇ ਤਰ੍ਹਾਂ ਹੀ ਮੈਨੂੰ ਮਿਲਣ ਆਵੇ, ਜਿਸ ਤਰ੍ਹਾਂ ਇੱਕ ਗੁਰੂ ਦਾ ਸਿੱਖ ਗੁਰੂ ਘਰੇ ਮੱਥਾ ਟੇਕਣ ਆਉਂਦਾ ਹੈ। ਤਾਂ ਫਿਰ ਇਸ ਤੋਂ ਬਾਅਦ ਉਹ ਭਾਈ ਗੜਦੀ ਜੀ ਦੇ ਨਾਲ ਨੰਗੇ ਚਾਨੀ ਭੋਰੇ ਵੱਲ ਚਲਾ ਗਿਆ। ਤਾਂ ਜਿਸ ਤਰ੍ਹਾਂ ਹੀ ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸਨੇ ਗੁਰੂ ਜੀ ਨੂੰ ਮੋਹਰਾਂ ਭੇਟਾਂ ਕਰ ਦਿੱਤੀਆਂ। ਤਾਂ ਗੁਰੂ ਜੀ ਨੇ ਕਿਹਾ ਕਿ ਸਿੱਖ ਤਾਂ ਹਮੇਸ਼ਾ ਹੀ ਆਪਣੀ ਅਰਦਾਸ 'ਤੇ ਖਰਾ ਉਤਰਦਾ ਹੈ, ਪੂਰਾ ਉਤਰਦਾ ਹੈ, ਅਤੇ ਤੂੰ ਮੈਨੂੰ ਉਨੀਆਂ ਮੋਹਰਾਂ ਨਹੀਂ ਚੜ੍ਹਾਈਆਂ ਜਿੰਨੀਆਂ ਤੂੰ ਅਰਦਾਸ ਦੇ ਵਿੱਚ ਸ਼ਾਮਿਲ ਕੀਤੀਆਂ ਸਨ। ਤਾਂ ਫਿਰ ਉਹ ਘਬਰਾਇਆ, ਪਰ ਉਸਨੂੰ ਬਹੁਤ ਖੁਸ਼ੀ ਹੋਈ ਕਿ ਇਹ ਉਹੀ ਗੁਰੂ ਹਨ, ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਹੀ ਮੇਰੀ ਜਿਹੜਾ ਬੇੜਾ ਹੈ ਉਹ ਬੰਨੇ ਲਗਾਇਆ ਹੈ, ਕਿਉਂਕਿ ਗੁਰੂ ਜੀ ਨੇ ਆਪਣੇ ਮੋਢੇ ਉੱਤੋਂ ਲੋਹੀ ਹਟਾ ਕੇ ਕਿਹਾ ਕਿ ਦੇਖ, ਮੇਰੇ ਤਾਂ ਮੋਢੇ 'ਤੇ ਹਲੇ ਵੀ ਉਹੀ ਨਿਸ਼ਾਨ ਹੈ, ਤੇਰਾ ਬੇੜਾ ਮੈਂ ਹੀ ਬਚਾਇਆ ਹੈ। ਤਾਂ ਇਸ ਤੋਂ ਸੁਣਨ ਤੋਂ ਬਾਅਦ ਭਾਈ ਲਾਦੋ ਨੂੰ ਬਹੁਤ ਖੁਸ਼ੀ ਹੋਈ ਅਤੇ ਉਸਨੇ ਰੌਲਾ ਪਾ ਦਿੱਤਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਦੇ ਰੌਲਾ ਉਸਨੇ ਪਾਇਆ ਸੀ। ਇਸ ਤਰ੍ਹਾਂ ਗੁਰੂ ਜੀ ਨੇ ਗੁਰੂ ਦਾ ਰੂਪ ਧਾਰਿਆ ਸੀ, ਬਕਾਲੇ ਤੋਂ ਕੀਰਤਪੁਰ ਅਤੇ ਫਿਰ ਅਨੰਦਪੁਰ ਸ਼ਹਿਰ ਵਸਾਇਆ ਸੀ। ਕਸ਼ਮੀਰੀ ਪੰਡਤਾਂ ਦੀ ਰੱਖਿਆ ਕਾਰਨ ਗੁਰੂ ਜੀ ਨੇ ਸ਼ਹੀਦੀ ਨੂੰ ਗਲੇ ਲਗਾਇਆ ਸੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਰੱਖਿਆ, ਜਿਨ੍ਹਾਂ ਨੇ ਕੁੱਲ ਕੌਮ ਦਾ ਆਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।